ਤਸਵੀਰਾਂ ਸੰਗਰੂਰ ਦੇ ਲਹਿਰਾ ਗਾਗਾ ਦੇ ਪਾਂਤੜਾ ਰੋਡ ਦੀਆਂ ਹਨ, ਜਿੱਥੇ ਕਿ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਇੱਕ ਸਕੂਟੀ ਤੇ ਕਾਰ ਦੀ ਟੱਕਰ ਹੋਈ ਹੈ, ਜਿਸ ਵਿੱਚ ਇੱਕ ਦੀ ਮੌਤ ਹੋਈ ਹੈ। ਮੇਰਾ ਨਾਮ ਪ੍ਰਿੰਸ ਕੁਮਾਰ ਜੀ। ਪ੍ਰਿੰਸ ਜੀ, ਜਿਹੜਾ ਹਾਦਸਾ ਹੋਇਆ ਕਿੱਥੇ ਹੋਇਆ ਅਤੇ ਕਿਵੇਂ ਹੋਇਆ? ਇਹ ਹਾਦਸਾ ਆਪਣਾ ਲਹਿਰੇ ਕਰਕੇ ਹੋਇਆ। ਲੀਲਾ ਕਿੰਚ ਐੱਚ ਪੀ ਦਾ ਪੰਪ ਹੈ ਜੀ, ਅਤੇ ਅਸੀਂ ਅੰਦਰ ਪੰਪ 'ਤੇ ਬੈਠੇ ਹਿਸਾਬ ਕਿਤਾਬ ਕਰਨ ਰਹੇ ਸੀ। ਇਹ 7 ਵਜੇ ਤਕਰੀਬਨ 7:15 ਦਾ ਹਾਦਸਾ ਸ਼ਾਮ ਰਾਤ ਵੇਲੇ ਦਾ। ਅਤੇ ਜਦੋਂ ਅਸੀਂ ਹਿਸਾਬ ਕਰਨ ਰਹੇ, ਇੱਕਦਮ ਸਾਨੂੰ ਆਵਾਜ਼ ਆਈ ਬਹੁਤ ਜ਼ਿਆਦਾ, ਮਤਲਬ ਧਮਾਕੇਦਾਰ ਆਵਾਜ਼ ਆਈ। ਅਸੀਂ ਦੇਖਿਆ ਵੀ ਸਾਨੂੰ ਲੱਗਿਆ ਵੀ ਗੱਡੀ ਵਗੈਰਾ ਕਿਸੇ ਨੇ ਟਰੱਕ ਵਗੈਰਾ ਡਾਲੇ 'ਚ ਮਾਰਿਆ ਹੋਊਗਾ। ਗੱਡੀਆਂ ਖੜ੍ਹੀਆਂ ਹੁੰਦੀਆਂ ਨੇ ਪੰਪ 'ਤੇ, ਭੱਜ ਕੇ ਅਸੀਂ ਗਏ ਇੱਥੇ ਤਾਂ ਮੌਕੇ 'ਤੇ ਵਰਨਾ ਕਾਰ 'ਚ 4 ਮੁੰਡੇ ਕਾਰ ਚਲਾ ਰਹੇ ਸੀ, ਅਤੇ ਜਦੋਂ ਦੇਖਿਆ ਸੀ ਉਹਨਾਂ ਦੀ ਕਾਰ ਐਕਸੀਡੈਂਟ ਸੀ। ਜਦੋਂ ਅਸੀਂ ਪਿੱਛੇ ਨਿਗਾਹ ਮਾਰੀ ਪਿੱਛੇ ਵੱਲ ਪੰਪ ਦੇ ਰੋਡ 'ਤੇ, ਤਾਂ ਉੱਥੇ ਇੱਕ ਐਕਟਿਵਾ ਟੁੱਟੀ ਡਿੱਗੀ ਪਈ ਸੀ। ਜਦੋਂ ਅਸੀਂ ਐਕਟਿਵਾ ਕੋਲ ਗਏ ਤਾਂ ਦੋ ਬੰਦੇ, ਮਤਲਬ ਜਿਹੜੇ ਐਕਟਿਵਾ ਡਰਾਈਵ ਕਰ ਰਹੇ ਸੀ, ਉਹ ਖੜ੍ਹੇ ਸੀ ਅਤੇ ਮਤਲਬ ਉੱਥੇ ਉਸ ਟਾਈਮ ਬੇਹੋਸ਼ ਪਏ ਸੀ। ਜਦੋਂ ਅਸੀਂ ਪਹਿਚਾਣ ਕਰਨ ਦੀ ਕੋਸ਼ਿਸ਼ ਕਰੀ, ਇੱਕ ਦੀ ਸਾਨੂੰ ਪਹਿਚਾਣ ਆਈ ਮੌਕੇ 'ਤੇ ਵੀ, ਸਾਡਾ ਇੱਕ ਆਪਰੇਟਰ ਭਾਈ ਹੈ ਕਾਲਾ ਸੋਈ ਆ, ਉਹਦਾ ਨਾਮ ਹੀ ਜਮਾਰ ਵਾਲੇ ਤੋਂ ਹੈ। ਅਤੇ ਮਤਲਬ ਅਸੀਂ ਨਾਲ ਦੀ ਨਾਲ ਮਤਲਬ ਹਰਕਤ 'ਚ ਆਏ, ਰੋਲਾ ਪੈਰਾ ਪਾਇਆ ਵੀ, ਮਤਲਬ ਆਪਣਾ ਮੁੰਡਾ ਸੀਗਾ ਡੈਥ ਹੋ ਗਿਆ, ਕੀ ਨਾਮ ਉਹਦਾ? ਉਸਦਾ ਨਾਮ ਬਿੱਕਰ ਸਿੰਘ ਹੈ ਜੀ। ਉਹ ਸਾਨੂੰ ਬਾਅਦ ਵਿੱਚ ਪਛਾਣ ਆਈ, ਅਸੀਂ ਪਹਿਲਾਂ ਉਸਦੀ ਪਛਾਣ 'ਚ ਨਹੀਂ ਆ ਰਿਹਾ ਸੀ ਵੀ ਉਹ ਉਸਦੀ ਕੀ ਪਹਿਚਾਣ ਹੈ ਕੀ ਨਹੀਂ ਹੈਗੇ। ਅਤੇ ਬਿੱਕਰ ਨੂੰ ਬਿਠਾਉਣ ਵਾਸਤੇ ਅਸੀਂ ਕਾਰ ਮਤਲਬ ਹੋਰ ਮੰਗਾਈ ਸੀ ਯਾਰ ਦੋਸਤ ਦੀ, ਅਤੇ ਪਰ ਜਦਕਿ ਬਿੱਕਰ ਤਾਂ ਮੌਕੇ 'ਤੇ ਹੀ ਐਕਸਪਾਇਰ ਹੋ ਗਿਆ, ਅਤੇ ਕਾਲੇ ਨੂੰ ਉੱਥੇ ਰੈਫਰ ਕਰਤਾ ਜੀ, ਪਟਿਆਲੇ ਰੈਫਰ ਕਰਤਾ ਜੀ। ਸਰ ਕੀ ਨਾਮ ਹੈ ਜੀ? ਮੇਰਾ ਨਾਂ ਏ ਸੀ ਜਗਸੀਰ ਸਿੰਘ ਹੈ ਜੀ। ਜਗਸੀਰ ਜੀ, ਕੀ ਹਾਦਸਾ ਹੋਇਆ? ਇਹ ਸਰ ਹਾਦਸਾ ਅੱਧਾ ਘੰਟਾ ਪਹਿਲਾਂ ਇੱਕ ਐਕਟਿਵਾ ਉਹ 'ਤੇ ਉਹਨੂੰ ਚਲਾ ਰਿਹਾ ਸੀ ਬਿੱਕਰ ਸਿੰਘ। ਬਿੱਕਰ ਸਿੰਘ ਨਾਂ ਆਪਣੇ ਲਹਿਰੇ ਦਾ ਸੀ ਬੰਦਾ ਜੀ, ਉਹਦੇ ਨਾਲ ਇੱਕ ਮੁੰਡਾ ਬੈਠਾ ਸੀ ਕਾਲਾ ਸਿੰਘ ਜਵਾਰਕੇ ਦਾ ਜੀ। ਇਹ ਲੇਲਕਰਾਂ ਚੌਂਕ ਵੱਲੋਂ ਆ ਰਹੇ ਸੀ ਸਰ, ਜਦੋਂ ਆਪਣੇ ਆਹ ਪੈਟਰੋਲ ਪੰਪ ਕੋਲ ਪਹੁੰਚੇ ਆ ਇਹ, ਇੱਧਰੋਂ ਵਰਨਾ ਜਿਹੜੀ ਗੱਡੀ ਆ ਇਹਦਾ ਨੰਬਰ ਹੈਗਾ ਸਰ HR 70D 1058। ਇਹਦੇ ਵਿੱਚ 3-4 ਮੁੰਡੇ ਸਵਾਰ ਸੀ ਜੀ, ਜਿਨ੍ਹਾਂ ਦੀ ਹੋਇਆ ਸੀ ਉਹਨਾਂ ਨੇ ਦੀ ਵਿੱਚ ਮਾਰੀ ਹੈ ਸਕੂਟਰੀ ਦੇ ਆ ਸਕੂਟਰੀ 'ਤੇ ਜਿਹੜਾ ਬੰਦਾ ਆ ਰਿਹਾ ਸੀ ਬਿੱਕਰ ਸਿੰਘ, ਉਹਦੀ ਮੌਕੇ 'ਤੇ ਮੌਤ ਹੋ ਗਈ ਹੈ ਜੀ, ਅਤੇ ਜਿਹੜਾ ਦੂਜਾ ਬੰਦਾ ਉਹ ਫੱਟੜ ਹੋ ਗਿਆ ਸਰ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।